सरकार बनते ही आम आदमी पार्टी के विधायक एक्शन में आ गए हैं। जनता से मिले फतवे को सिर आंखों पर बिठाते हुए विधायक अब न केवल जनता के बीच निकल रहे हैं, बल्कि अधिकारियों को भी सचेत कर रहे हैं कि अब कुछ भी गलत करने के दिन लद गए हैं। वेस्ट विधानसभा हलके से आम आदमी पार्टी के विधायक शीतल अंगुराल ने साफ शब्दों में कहा कि वे ना तो इलाके में नशा बिकने देंगे और ना ही इलाके में गुंडागर्दी होने देंगे। शीतल अंगुराल ने वेस्ट हलके में बढ़ती गुंडागर्दी और नशे को लेकर गत दिवस थाना डिवीजन नंबर 5 में ACP व सभी थाना इंचार्जों से बातचीत की। उन्होंने पुलिस अधिकारियों को भी कहा कि उनके पास किसी तरह की शिकायत नहीं आनी चाहिए, पुलिस जनता की आवाज को सुने और जनता को आम थानों में न्याय मिलना चाहिए। जालंधर से हलचल के लिए जगमोहन की रिपोर्ट। एक मैं तुहाडे माध्यम राही लोकां नूं सुनेहा देना चाहुंदा कि किसी तरह की भी कोई इनफॉरमेशन होवे वो मैनूं फोन ते दसे। मैं MLA साहब नूं वादा दूंगा भी तुहानूं ਕਿਸੇ ਨੂੰ ਫੋਨ ਕਰਨ ਦੀ ਅਸੀਂ ਨੌਬਤ ਨਹੀਂ ਆਉਂਦੇ। ਇਲੈਕਸ਼ਨ ਦੇ ਦੌਰਾਨ ਅਸੀਂ ਜੋ ਕੀਤਾ ਤੁਹਾਨੂੰ ਪਤਾ ਔਰ ਅੱਗੇ ਵੀ ਏਦਾਂ ਹੀ ਕੰਟੀਨਿਊ ਰੱਖਣਾ। ਜਿਹੜਾ ਬੰਦਾ ਕੋਈ ਵੀ ਮੈਨੂੰ ਫੋਨ ਕਰੇਗਾ ਬਿਲਕੁਲ ਉਹਦਾ ਕਿਤੇ ਨਾਂ ਨਹੀਂ ਆਊਗਾ ਔਰ ਉਹਦੇ ਤੇ ਐਕਸ਼ਨ ਵੀ ਇਮੀਡੀਏਟਲੀ ਹੋਏਗਾ। ਪਹਿਲੀ ਜਨਵਰੀ ਤੱਕ ਅਸੀਂ ਠੀਕ ਹੋਈ ਦੱਸ ਦੇ। ਸਾਰਿਆਂ ਦਾ ਇੱਥੇ ਆਉਣ ਤੇ ਧੰਨਵਾਦ। ਮੇਰੇ ਮੀਡੀਆ ਦੇ ਜਿੰਨੇ ਵੀ ਭਰਾ ਆ ਉਸੇ ਹਮੇਸ਼ਾ ਹੀ ਤੁਹਾਡੀ ਜਿਹੜੀ ਆਵਾਜ਼ ਹੈ ਬੁਲੰਦ ਆ। ਤੁਸੀਂ ਆਵਾਜ਼ ਲੋਕਾਂ ਤੱਕ ਜਿਹੜੀ ਪਹੁੰਚਾਉਂਦੇ ਹੋ ਉਹ ਅੱਜ ਸਚਾਈ ਬਹੁਤ ਵੱਡੀ ਹੈ ਕਿ ਤੁਹਾਡੀ ਆਵਾਜ਼ ਤੋਂ ਹੀ ਜਲੰਧਰ ਤੋਂ ਲੈ ਕੇ ਪੂਰੇ ਦੇਸ਼ ਤੱਕ ਲੋਕਾਂ ਨੂੰ ਪਤਾ ਲੱਗਦਾ ਕਿ ਕਿਹੜੇ ਸ਼ਹਿਰ 'ਚ ਕੀ ਹੋ ਰਿਹਾ, ਕਿਹੜੀ ਸਰਕਾਰ ਕੀ ਕਰ ਰਹੀ ਹੈ, ਸਟੇਟ 'ਚ ਕੀ ਹੋ ਰਿਹਾ। ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਆਈ ਹੈ ਉਹ ਬਹੁਤ ਵੱਡਾ ਇੱਕ ਬਦਲਾਅ ਕਰਕੇ ਆਈ ਹੈ, ਵਿਸ਼ਵਾਸ ਦੇ ਉੱਤੇ ਆਈ ਹੈ, ਲੋਕਾਂ ਦਾ ਵਿਸ਼ਵਾਸ ਹੈ ਜਿੱਤ ਰਿਹਾ। ਅਸੀਂ ਆਮ ਇੱਕ ਬੰਦੇ ਦਾ ਬਦਲਾਅ ਜਿੱਤ ਕਿਉਂਕਿ ਉਹਨਾਂ ਦੇ ਦਿਲਾਂ ਦੇ ਵਿੱਚ ਜੋ ਖੌਫ ਹੈ ਉਹਨੂੰ ਕੱਢਣਾ ਹੈ। ਉਹ ਖੌਫ ਹੈ ਜਿਹੜਾ ਸਭ ਤੋਂ ਜਿਹੜੀ ਪਹਿਲੀ ਉਦਾਹਰਣ ਹੈ, ਲੋਕ ਕਹਿੰਦੇ ਵਿਕਾਸ ਤੋਂ ਹੈ, ਮੈਂ ਕਹਿੰਦਾ ਸਭ ਤੋਂ ਪਹਿਲੀ ਉਦਾਹਰਣ ਪੁਲਿਸ ਤੋਂ ਹੈ। ਪੁਲਿਸ ਤੋਂ ਹੀ ਅਸੀਂ ਲੋਕਾਂ ਨੂੰ ਜਾਗਰੂਕ ਕਰ ਸਕਦੇ ਹਾਂ, ਲੋਕਾਂ ਨੂੰ ਸੁਧਾਰ ਸਕਦੇ ਹਾਂ।